ਮੈਂ ਆਪਣੇ ਸਹੁਰਿਆਂ ਦੇ ਘਰ ਆਇਆ, ਸਾਲਾ ਇੱਥੇ ਭੋਂਡ ਹੀ ਬੜੇ, ਉਹ ਪਿੱਛੇ ਬੈਠਾ ਦਿਖਣ ਦਿਆ। ਮੈਨੂੰ ਲੱਗਦਾ ਕੁੜੀ ਇਹਨਾਂ ਦੀ ਇਹੋ ਖਾਂਦੀ ਰਹੀ ਜਿਹੜੀ ਮੇਰੇ ਨਾਲ ਵਿਆਹ ਤੀ। ਮੈਂ ਵੀ ਅੱਖਾਂ ਇੰਨਾ ਲੜਦੀ ਕਾਹਤੋਂ ਆ, ਸਾਲਾ ਹੁਣ ਪਤਾ ਲੱਗਾ ਉਹਦੀ ਤਾਂ ਖੁਰਾਕ ਹੀ ਬੜੀ ਜ਼ਹਿਰੀਲੀ ਰਹੀ ਆ, ਖੁਰਾਕ ਹੀ ਬੜੀ ਜ਼ਹਿਰੀਲੀ ਖਾਂਦੀ ਰਹੀ ਆ, ਤਾਂ ਹੀ ਉਹ ਗੱਲ ਗੱਲ 'ਤੇ ਲੜਦੀ ਡੰਗ ਮਾਰਦੀ ਹੈ। ਇੱਕ ਉਹ ਖੱਖਰ ਲੱਗੀ ਉੱਤੇ, ਇੱਕ ਆਹ ਬੈਠਾ ਜੀ, ਸਾਲਾ ਜਿੱਧਰ ਜਾਵਾਂ ਭੂੰਡ ਹੀ ਭੂੰਡ, ਇਹਨਾਂ ਕੀ ਸਹੁਰਿਆਂ ਮੇਰਿਆ ਮੇਰੇ ਮਗਰ ਬਾਡੀਗਾਰਡ ਛੱਡੇ। ਇੱਕ ਇਹਨਾਂ ਦੀ ਕੁੜੀ ਤੰਗ ਕਰੀ ਜਾਂਦੀ, ਦੂਜਾ ਇਹਨਾਂ ਮੈਨੂੰ ਤੰਗ ਕਰਨ ਵਾ ਭੂੰਡ ਰੱਖੇ। ਸਾਲਾ ਮੇਰਾ ਜੀਣਾ ਆਰਾਮ ਹੋਇਆ, ਮੇਰੇ ਕੋਲ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈ ਆਉਂਦਾ, ਮੈਂ ਕਿੱਧਰ ਜਾਵਾਂ। ਵੈਸੇ ਜਨਾਨੀਆਂ ਜਾਂ ਭੂੰਡੀਆਂ ਜ਼ਿਆਦਾ ਫਰਕ ਨਹੀਂ ਹੁੰਦਾ, ਬੰਦਾ ਇਹਨਾਂ ਲਾਗੇ ਚੁੱਪ ਕਰਕੇ ਡਰਿਆ ਬੈਠਾ ਰਹਿੰਦਾ ਕਿ ਪਤਾ ਨਹੀਂ ਇਹਨਾਂ ਕਿਹੜੇ ਵੇਲੇ ਹੁਣ ਵੀ ਲੜੀਆਂ ਲੈ ਹੁਣ ਵੀ ਲੜੀਆਂ ਲੈ। ਮੇਰਾ ਇਰਾਦਾ ਇੱਥੋਂ 50-60 ਭੂੰਡ ਹੀ ਮਾਰ ਕੇ ਲੈ ਜਾਂ, ਘਰ ਵਾਲੀ ਰੋਟੀ ਦੀ ਬੁਰਕੀ ਦੇ ਵਿੱਚ 2 ਭੂੰਡੀਆਂ ਸਵੇਰੇ ਸ਼ਾਮ ਰੱਖ ਕੇ ਖਾ ਲਿਆ ਕਰੂਗੀ, ਉਹ ਚਰੀ ਦੀ ਖੁਰਾਕ ਪੂਰੀ ਹੋ ਜੂਗੀ। ਹੁਣ ਖਿਆਲ ਤਾਂ ਮੈਂ ਹੋ ਰੱਖਣਾ ਨਾ ਉਹਦੀ ਖੁਰਾਕ ਦਾ। ਯਾਰ ਮੈਂ ਆਇਆ ਆਪਣੇ ਸਹੁਰਿਆਂ ਦੇ ਘਰ 'ਤੇ, ਚਲੋ ਇਹਨਾਂ ਸੇਵਾ ਪਾਣੀ ਵੀ ਚੰਗਾ ਕੀਤਾ, ਚਾਹ ਪਿਆਈ ਨਾਲ, ਬਰਫੀ ਰੱਖੀ ਨਾਲ, ਨਮਕੀਨ ਬਿਸਕੁਟ, ਰੋਟੀ ਨਾਲ ਪਨੀਰ ਬਣਾਇਆ ਸੀ, ਗੰਢੇ ਗੁੰਢੇ ਖੀਰੇ ਖੂਰੇ ਚੀਰੇ ਇਹਨਾਂ ਨਾਲ, ਚਲੋ ਸੇਵਾ ਇਹਨਾਂ ਚੰਗੀ ਕੀਤੀ। ਤੇ ਹੁਣ ਮੈਨੂੰ ਆਉਂਦੇ ਆ ਵੀ ਆਹ ਜਿਹੜੀ ਤੂੜੀ ਆ ਨਾ ਇਹ ਅੰਦਰ, ਇਹ ਸਾਰੀ ਇਧਰੋਂ ਕੱਢ ਕੇ ਤੇ ਦੂਜੇ ਅੰਦਰ ਪਾਉਣੀ ਆ। ਯਾਰ ਇਹ ਗੱਲ ਆ ਕੋਈ, ਇਹ ਧੱਕਾ ਨਹੀਂ ਆ ਫਿਰ? ਉਦੋਂ ਪਿੱਛੇ ਜੇ ਤਾਂ ਤੂੜੀ ਦਾ ਸੀਜ਼ਨ ਸੀ ਤੇ ਉਦੋਂ ਇਹਨਾਂ ਮੈਨੂੰ ਸੱਦਿਆ ਸੀ ਤੇ ਮੈਂ ਆਇਆ ਨਹੀਂ, ਮੈਂ ਕਿਹਾ ਮੈਂ ਨਹੀਂ ਆ ਸਕਦਾ, ਤਾਂ ਮੈਨੂੰ ਪਤਾ ਉਸੇ ਗੱਲ ਦਾ ਬਦਲਾ ਲੈਂਦਾ, ਧੱਕਾ ਹੁੰਦਿਆ ਮੇਰਾ ਇਰਾਦਾ ਕੇਸ ਕਰਦਾ ਇਹਨਾਂ ਦੇ ਜਵਾਈ ਭਾਈ ਦੇ ਅੱਤਿਆਚਾਰ ਕਰਨ ਦੇ। ਇੱਧਰ ਕੀ ਆਉਂਦੀ ਤੂੜੀ, ਉੱਲੀ ਲੱਗਦੀ ਇਹਨੂੰ, ਪਨੀਰ ਖਵਾਇਆ, ਬਰਫੀਆਂ ਖਵਾਈਆਂ, ਤੇ ਹੁਣ ਉਹ ਗੱਲ ਵੀ ਬੱਕਰਾ ਤਿਆਰ ਕਰਨ ਦੇ ਪਹਿਲਾਂ, ਫਿਰ ਹਲਾਲ ਕਰਾਂਗੇ ਇਹਨੂੰ, ਹੱਦ ਹੋ ਗਈ ਯਾਰ। ਆ ਜਿੱਥੇ ਮੈਂ ਖੜਾ ਨਾ ਘਰ ਵੇਖਣ ਦੇ ਤੁਸੀਂ, ਮਗਰ ਇਹ ਘਰ 'ਚ ਬੜੀ ਸੁੱਖ ਸ਼ਾਂਤੀ ਰਹਿੰਦੀ ਹੈ, ਕੋਈ ਲੜਾਈ ਨਹੀਂ, ਕੋਈ ਕਲੇਸ਼ ਨਹੀਂ, ਕਿਉਂਕਿ ਇਹਨਾਂ ਨੇ ਆਪਣੇ ਗਲੋਂ ਕਲੇਸ਼ ਲਾ ਕੇ ਮੇਰੇ ਗਲ ਪਾ ਦਿੱਤਾ। ਇਹ ਮੇਰੇ ਸਹੁਰਿਆਂ ਦਾ ਘਰ ਆ ਨਾ, ਸਮਝ ਹੀ ਗਏ ਹੋਣੇ ਤੁਸੀਂ। ਹਾਂਜੀ ਮੈਂ ਆਇਆ ਜੀ ਆਪਣੇ ਸਹੁਰੇ ਤੇ, ਉਹ ਬੈਠਾ ਮੇਰਾ ਸਾਲਾ। ਆ ਕੀ ਬੋਲਣ ਦਾ ਤਰੀਕਾ ਹੋਇਆ, ਸਾਲਾ ਕੀ ਹੁੰਦਾ? ਉਹ ਸਾਹਿਬ ਕਹਿਣਾ ਸੀ ਮੈਂ ਅਜੇ, ਸਾਲਾ ਸਾਹਿਬ ਗੱਲ ਤੇ ਪੂਰੀ ਸੁਣ ਲਿਆ ਕਰ। Thank you.